ਸਾਡੀ ਜੋ ਐਨ ਜੀ ਓ ਹੈ ਸ਼੍ਰੀ ਸ਼ਨੀਦੇਵ ਨਿਆਏਪੀਠ ਪਿਛਲੇ ਕਈ ਸਾਲਾਂ ਤੋਂ ਸੇਵਾ 'ਚ ਲੱਗੀ ਹੋਈ ਹੈ। ਜਿਹੜਾ ਇਹਦਾ ਨਾਮ ਬੜਾ ਸੋਚ ਸਮਝ ਕੇ ਰੱਖਿਆ ਗਿਆ, ਸ਼੍ਰੀ ਸ਼ਨੀਦੇਵ ਨਿਆਏ ਦੇ ਦੇਵਤਾ, ਤਾਂ ਹੀ ਇਹਦਾ ਨਾਮ ਨਿਆਏ ਸ਼੍ਰੀ ਸ਼ਨੀਦੇਵ ਨਿਆਏਪੀਠ ਹੀ ਰੱਖਿਆ ਗਿਆ। ਇਹਦੇ ਵਿੱਚ ਜੋ ਲੋਕ ਸੇਵਾ ਕਰਦੇ ਆ ਉਹਨਾਂ ਨੂੰ ਤਾਂ ਫਲ ਮਿਲਣਾ ਮਿਲਣਾ। ਜਿਹੜੇ ਇਹਦੇ 'ਚ ਡੋਨਰ ਨੇ, ਨਾਲ ਸਾਡੇ ਨਾਲ ਜਿਹੜੇ ਜੁੜੇ ਰਾਜੂ ਕੁਆਤਰਾਈ ਨੇ, ਜੋ ਅਨਮੋਲ ਕੁਆਤਰਾਈ ਦੇ ਪਾਪਾ ਨੇ, ਉਹ ਨਾਲ ਜੁੜੇ ਆ, ਉਹਨਾਂ ਨੂੰ ਵੀ ਬਹੁਤ ਵੱਡਾ ਇੱਕ ਫਲ ਮਿਲੂਗਾ ਜਿਹੜੇ ਇਸ ਸਿਸਟਮ ਦੇ ਨਾਲ ਜੁੜੇ ਹੋਏ ਆ। ਸਾਨੂੰ ਤਕਰੀਬਨ ਹੁਣ ਰੋਜ਼ ਹੀ ਤਕਰੀਬਨ ਫੋਨ ਆਉਂਦੇ ਆ, 2 ਜਾਂ 3 ਲਾਸ਼ਾਂ, ਕਦੇ 5 ਲਾਸ਼ਾਂ, ਕਦੇ 2 ਲਾਸ਼ਾਂ, ਕਦੇ 1 ਲਾਸ਼, ਹਰ ਰੋਜ਼ ਹੀ ਫੋਨ ਆਉਂਦੇ ਆ। ਅਤੇ ਰੋਜ਼ ਸਾਡੀ ਸੇਵਾ ਇਹ ਰੈਗੂਲਰ ਚੱਲਦੀ ਰਹੀ ਆ, ਜਿਹਦੇ ਲਈ ਸਾਡੀ ਐਂਬੂਲੈਂਸ ਵੀ ਸਟਾਰਟ ਹੋ ਚੁੱਕੀ ਆ। ਅੱਗੇ ਉਹ ਰੇੜਿਆਂ ਦੇ ਵਿੱਚ ਜਾਂ ਆਟੋਆਂ ਦੇ ਵਿੱਚ ਲਾਸ਼ ਜਾਂਦੇ ਸੀ, ਉਹ ਹੁਣ ਬੰਦ ਹੋ ਗਿਆ ਕੰਮ। ਉਹਨਾਂ ਦਾ ਉੱਦਾਂ ਹੀ ਵਿਧੀ ਵਿਧਾਨ ਨਾਲ, ਜਿਵੇਂ ਆਮ ਨਾਗਰਿਕ ਦਾ ਵਿਧੀ ਵਿਧਾਨ ਨਾਲ ਸੰਸਕਾਰ ਹੁੰਦਾ, ਉੱਦਾਂ ਹੀ ਹੋਊਗਾ। ਅੱਜ ਵੀ ਕੀ ਕਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਡਰਦੇ ਨੇ, ਸੜਕ 'ਤੇ ਲਾਸ਼ ਪਈ ਹੁੰਦੀ ਆ ਜਾਂ ਕੋਈ ਬੇਹੋਸ਼ ਪਿਆ ਹੁੰਦਾ ਵਾ, ਪੁਲਿਸ ਨੂੰ ਇਤਰਾਹ ਕਰਨ ਤੋਂ ਵੀ ਡਰਦੇ ਆ, ਲੇਕਿਨ ਜੇਕਰ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਕੰਟੈਕਟ ਕਰਨ, ਅਗਰ ਉਹਨਾਂ ਨੂੰ ਕੋਈ ਪਤਾ ਲੱਗਦਾ ਇਸ ਤਰ੍ਹਾਂ ਦੀ ਲਵਾਰਿਸ ਲਾਸ਼ ਪਈ ਆ ਜਾਂ ਸੰਸਕਾਰ ਕਰਵਾਉਣਾ ਉਹਨਾਂ ਨੇ? ਸਾਡਾ ਇੱਕ ਪੇਜ਼ ਵੀ ਹੈ ਸ਼੍ਰੀ ਸ਼ਨੀਦੇਵ ਨਿਆਏਪੀਠ 'ਤੇ, ਅਤੇ ਐਨ ਜੀ ਓ ਦੇ ਫੇਸਬੁੱਕ ਦੇ ਉੱਤੇ ਵੀ ਹੈ, ਇੰਸਟਾਗ੍ਰਾਮ 'ਚ ਵੀ ਹੈ, ਜਿਹ 'ਚ ਫੋਨ ਨੰਬਰ ਸਾਡੇ ਦਿੱਤੇ ਹੋਏ ਆ 9876600888, ਅਤੇ ਹਰ ਥਾਣੇ ਦੇ ਬਾਹਰ ਬੋਰਡ ਲੱਗੇ ਹੋਏ ਆ, ਹਰ ਜਿਹੜਾ ਸ਼ਮਸ਼ਾਨ ਘਾਟ ਆ ਉਹਦੇ ਬਾਹਰ ਬੋਰਡ ਲੱਗੇ ਹੋਏ, ਉਹਦੇ ਉੱਤੇ ਨੰਬਰ ਲਿਖੇ ਹੋਏ ਆ। ਮੈਂ ਇਹ ਹਰੇਕ ਪਬਲਿਕ ਨੂੰ ਵਿੱਚ ਹਰੇਕ ਨੂੰ ਕਹਿਣਾ ਚਾਹੂੰਗਾ ਵੀ ਜਿੱਥੇ ਵੀ ਕੋਈ ਇਹੋ ਜਿਹੀ ਲਾਸ਼ ਜਾਂ ਇਹੋ ਜਿਹੀ ਬੋਡੀ ਤੁਹਾਨੂੰ ਕਿਤੇ ਨਜ਼ਰ ਵੀ ਆਉਂਦੀ ਹੈ, ਜੇ ਤੁਹਾਡਾ ਡਰ ਹੈ ਵੀ ਪੁਲਿਸ ਤੋਂ ਡਰ ਹੈ ਵੀ ਪੁਲਿਸ ਤੁਹਾਨੂੰ ਕਿਤੇ ਗੋਲ ਮੋਲ ਨਾ ਕਰੇ ਕੁਛ ਆ, ਪਰ ਐਸਾ ਕੁਛ ਨਹੀਂ ਹੈ, ਪੁਲਿਸ ਇਸ ਟਾਈਮ ਬਹੁਤ ਅੱਛੇ ਕੰਮ ਕਰ ਰਹੀ ਆ, ਫਿਰ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਅਸੀਂ ਇਹਦੇ ਵਿੱਚ ਉਹਨਾਂ ਦਾ ਪੂਰਾ ਪੂਰਾ ਸਾਥ ਦੇਵਾਂਗੇ। ਅਸੀਂ ਖੁਦ ਉੱਥੇ ਜਾ ਕੇ ਪੁਲਿਸ ਨੂੰ ਬੁਲਾ ਕੇ ਆਪਣੀ ਐਂਬੂਲੈਂਸ ਦੇ ਵਿੱਚ ਉਹ ਲਾਸ਼ ਨੂੰ ਚੁੱਕ ਕੇ ਲਿਆ ਕੇ ਉਹਨਾਂ ਦਾ ਜੋ ਵੀ ਪੁਲਿਸ ਦੇ ਸਿਸਟਮ ਦੇ ਅਨੁਸਾਰ ਜੋ ਪੋਸਟਮਾਰਟਮ ਹੁੰਦਾ ਹੈ, ਉਸ ਤੋਂ ਬਾਅਦ ਅਸੀਂ ਆਪਣਾ ਸੰਸਕਾਰ ਦਾ ਵਿਧੀ ਵਿਧਾਨ ਚਲਾ ਦਾਂਗੇ। ਰਾਮ ਰਾਮ ਜੀ, ਮੈਂ ਲਲਿਤ, ਸ਼੍ਰੀ ਸ਼ਨੀ ਨਿਆਏਪੀਠ ਟੀਮ ਤੋਂ, ਅਤੇ ਅੱਜ ਆਪਣਾ ਦ੍ਰਿਸ਼ ਗਰਾਊਂਡ ਦੇ ਵਿੱਚ ਅਸੀਂ ਆਏ ਹਾਂ ਸ਼ਮਸ਼ਾਨ ਘਾਟ ਦੇ ਵਿੱਚ। ਸਾਡੇ ਕੋਲ ਇੱਕ ਕੇਸ ਆਇਆ ਸੀਗਾ, ਸਿਵਲ ਹੋਸਪਿਟਲ ਦੇ ਵਿੱਚ ਪੇਸ਼ੈਂਟ ਸੀਗਾ, ਜਿਹਦੀ ਜਿਨ੍ਹਾਂ ਨੂੰ ਅਨਨੋਨ ਪਰਸਨ ਲੈ ਕੇ ਆਏ ਸੀਗੇ ਕਿ ਇਹਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ, ਅਤੇ ਇਹਨਾਂ ਦਾ ਇਲਾਜ ਕੀਤਾ ਜਾਏ। ਪੂਰੀ ਸਿਵਲ ਹੋਸਪਿਟਲ ਦੀ ਟੀਮ ਨੇ ਉਹਨਾਂ ਦਾ ਇਲਾਜ ਕਾਫੀ ਦਿਨ ਕੀਤਾ, ਲੇਕਿਨ ਪਰਮਾਤਮਾ ਦੇ ਹਿਸਾਬ ਨਾਲ ਇਹਨਾਂ ਦੀ ਡੈਥ ਹੋਈ, ਅਤੇ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕਾਲ ਕੀਤੀ ਕਿ ਇਸ ਤਰ੍ਹਾਂ ਇੱਕ ਪੇਸ਼ੈਂਟ ਸੀ, ਉਹਦੀ ਡੈਥ ਹੋ ਗਈ ਹੈ, ਅਤੇ ਉਹਨਾਂ ਦੀ ਉਹ ਹੈਵੀ ਕਰੋਨਾ ਪੋਜ਼ੀਟਿਵ ਸੀ, ਅਤੇ ਉਹਨਾਂ ਦਾ ਅਸੀਂ ਸੰਸਕਾਰ ਕਰਾਉਣ ਵਾਸਤੇ ਇੱਥੇ ਆਏ ਹਾਂ ਜੀ, ਅਤੇ 2 ਸਲੇਮ ਟਾਬਰੀ ਡੈਡ ਬੋਡੀਜ਼ ਗਈਆਂ ਨੇ ਜਿਨ੍ਹਾਂ ਦਾ ਇਸ ਤੋਂ ਬਾਅਦ ਸੰਸਕਾਰ ਅਸੀਂ ਕਰਨਾ। ਪ੍ਰਸ਼ਾਸਨ ਵੱਲੋਂ ਕਿੰਨਾ ਸਹਿਯੋਗ ਹੈ? ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ, ਬਸ ਇਹੀ ਹੈ ਜੀ ਕਿ ਜਿੰਨੇ ਵੀ ਆਪਣੇ ਪੂਰੇ ਸ਼ਹਿਰ ਦੇ ਵਿੱਚ ਥਾਣੇ ਹੈ ਜਾਂ ਆਪਣਾ ਕੋਤਵਾਲੀ ਨੇ, ਉੱਥੇ ਆਪਣੇ ਬੋਰਡ ਲੱਗੇ ਹੋਏ ਨੇ, ਅਤੇ ਅਗਰ ਕਦੀ ਇੱਦਾਂ ਦਾ ਕੋਈ ਕੇਸ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਵੈ, ਅਤੇ ਉਹ ਸਾਨੂੰ ਕੰਟੈਕਟ ਕਰਦੇ ਆ ਕਿ ਇਸ ਤਰ੍ਹਾਂ ਇਹ ਕੇਸ ਆਇਆ ਜੀ, ਅਤੇ ਉਹਨਾਂ ਦੇ ਮੈਂਬਰਸ ਵੀ ਜਿਹੜੇ ਮੇਨ ਆਉਂਦੇ ਆ ਨਾਲ, ਅਤੇ ਇਹਦੇ ਵਿੱਚ ਆਪਣਾ ਸੰਸਕਾਰ ਕਰਵਾ ਕੇ ਜਾਂਦੇ। ਕੀ ਮੈਸੇਜ ਦੇਣਾ ਚਾਹੋਗੇ ਵੀ ਕੋਰੋਨਾ ਦੇ ਪ੍ਰਤੀ? ਕਰੋਨਾ ਦੇ ਪ੍ਰਤੀ ਇਹੀ ਹੈ ਜੀ ਕਿ ਆਪਾਂ ਕਹਿ ਰਹੇ ਹਾਂ ਕਿ ਕੇਸ ਘੱਟ ਗਏ ਆ ਜਾਂ ਕੁਛ, ਆਪਾਂ ਨੂੰ ਅਸੀਂ ਜਿੱਦਾਂ ਮਰਜ਼ੀ ਆ ਜਾ ਸਕੀਏ, ਲੇਕਿਨ ਆਪਾਂ ਨੂੰ ਇਹ ਹੈ ਕਿ ਇਸ ਚੀਜ਼ ਦੇ ਵਿੱਚ ਪੂਰਾ ਅਵੇਅਰ ਰਹਿਣਾ ਚਾਹੀਦਾ ਵੈ ਕਿ ਇਸ ਚੀਜ਼ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੁਛ ਵੀ ਕਮੀ ਹੈ, ਪਰ ਆਪਾਂ ਨੂੰ ਇਸ ਵਿੱਚ ਪੂਰਾ ਪੂਰਾ ਅਵੇਅਰ ਘਰੇ ਹੀ ਸੇਫ ਰਹਿਣਾ ਚਾਹੀਦਾ ਵੈ ਜਿੰਨਾ ਹੋ ਸਕੇ। ਕੀ ਨਾਮ ਹੈ ਤੁਹਾਡਾ? ਮੈਂ ਕਾਂਸਟੇਬਲ ਸੰਜੀਵ ਕੁਮਾਰ ਚੌਂਕੀ ਸਿਵਲ ਹਸਪਤਾਲ ਤੋਂ। ਇਹ ਸਾਨੂੰ ਇੱਕ ਡੈਡ ਬੋਡੀ ਮਿਲੀ ਸੀ ਜਿਹਨੂੰ ਆਪਾਂ ਸੰਸਕਾਰ ਕਰਾਉਣ ਲਈ ਨਿਆਏਪੀਠ ਨਾਲ ਸੰਪਰਕ ਕਰਕੇ ਲੈ ਕੇ ਆਏ ਹਾਂ। ਇਹ ਵਧੀਆ ਸਾਡੇ ਲਈ ਸਹਿਯੋਗ ਕਰ ਰਹੇ ਨੇ, ਸਾਡੇ ਨਾਲ ਟਾਈ ਅਪ ਕਰਕੇ ਸਾਡਾ ਕਾਫੀ ਸਾਥ ਦੇ ਰਹੇ ਨੇ। ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਸਾਥ ਦਿਓ, ਸਾਡਾ ਵੀ ਸਾਥ ਦਿਓ, ਤਾਂ ਜੋ ਲਿਬਾਸ ਲਾਸ਼ਾਂ ਬਾਰੇ ਹੋਰ ਵੀ ਅੱਗੇ ਤੋਂ ਨਾ ਇੱਦਾਂ ਕੋਈ ਕੰਮ ਹੋਵੇ।